ਤਾਂ ਲਗਾਤਾਰ ਹਾਹਾਕਾਰ ਮੱਚ ਰਹੀ ਹੈ, ਟਰਾਂਸਪੋਰਟੇਸ਼ਨ ਰੁਕ ਗਈ ਅਤੇ ਇਸਦਾ ਇੱਕ ਅਸਰ ਸਬਜ਼ੀਆਂ ਦੇ ਉੱਪਰ ਵੀ ਪਿਆ। ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਸਬਜ਼ੀਆਂ ਬਾਹਰ ਤੋਂ ਆ ਰਹੀਆਂ ਨੇ ਉਹਨਾਂ ਦੇ ਰੇਟਾਂ ਦੇ ਵਿੱਚ ਇੱਕਦਮ ਉਛਾਲ ਆਇਆ, ਤਾਂ ਇਸ ਵਕਤ ਅਸੀਂ ਸੰਗਰੂਰ ਦੀ ਸਬਜ਼ੀ ਮੰਡੀ ਦੇ ਵਿੱਚ ਖੜ੍ਹੇ ਹਾਂ, ਜਿੱਥੇ ਕਿ ਜਿਹੜੀਆਂ ਸਬਜ਼ੀਆਂ ਬਾਹਰ ਤੋਂ ਆ ਰਹੇ ਨੇ, ਜਿਵੇਂ ਗੱਲ ਕਰੀਏ ਟਮਾਟਰ ਇਸ ਵਕਤ ਬਾਹਰ ਤੋਂ ਆ ਰਹੇ ਨੇ, ਪਿਆਜ਼ ਇਸ ਵਕਤ ਬਾਹਰ ਤੋਂ ਆ ਰਹੇ, ਤਾਂ ਇੱਕਦਮ ਉਹਨਾਂ ਦੇ ਰੇਟਾਂ ਦੇ ਵਿੱਚ ਫਰਕ ਪਿਆ, ਇੱਕਦਮ ਰੇਟਾਂ ਦੇ ਵਿੱਚ ਵਾਧਾ ਨਜ਼ਰ ਆਇਆ। ਪਹਿਲਾਂ ਦੁਕਾਨਦਾਰ ਨੂੰ ਪੁੱਛ ਲੈਂਦੇ ਹਾਂ, ਸਰ ਕਿਸ ਤਰੀਕੇ ਨਾਲ ਦੇਖਦੇ ਹੋ ਟਮਾਟਰ ਦਾ ਜਿਹੜਾ ਰੇਟ ਆ ਕੱਲ੍ਹ ਦਾ ਅਤੇ ਅੱਜ ਦਾ ਕਿੰਨਾ ਕੁ ਫਰਕ ਪੈ ਗਿਆ? ਕੱਲ੍ਹ ਸਰ 30 ਰੁਪਏ ਕਿਲੋ ਸੀ ਜੀ, ਅੱਜ 30 ਰੁਪਏ ਮੰਡੀ ਦਾ ਰੇਟ ਹੈ, 30-35 ਮੰਡੀ ਦਾ ਰੇਟ ਹੈ, 40 ਰੁਪਏ ਪਲੱਸ ਹੈ ਜੀ। ਮਤਲਬ ਤਕਰੀਬਨ 20 ਰੁਪਏ ਇੱਕ ਦਿਨ ਦੇ ਵਿੱਚ ਟਮਾਟਰ ਦੇ ਰੇਟਾਂ ਦੇ ਵਿੱਚ ਫਰਕ ਪੈ ਗਿਆ, 30-50 ਹੋ ਚੁੱਕੇ ਨੇ। ਪਿਆਜ਼ ਤੇ ਟਮਾਟਰ ਤੇ ਜੀ, ਮਟਰ ਤੇ, ਅਦਰਕ ਤੇ, ਲਸਣ ਤੇ, ਜਿਹੜੀ ਬਾਹਰ ਚੀਜ਼ਾਂ ਆ ਰਹੀ ਹੈ, ਸ਼ਿਮਲਾ ਮਿਰਚ ਹੋ ਗਈ, ਉਹ ਸਾਰੀ ਸਬਜ਼ੀ, ਗਾਜਰ ਹੋ ਗਈ, ਸਭ ਤੇਜ਼ ਹੋ ਗਈ ਜੀ। ਤਾਂ ਅੱਜ ਤੁਹਾਡੇ ਕੋਲ ਮਤਲਬ ਪਹਿਲਾਂ ਤੁਸੀਂ ਕਿੰਨਾ ਕੁ ਸਟਾਕ ਤੁਹਾਡੇ ਕੋਲ ਮੰਡੀ 'ਚ ਆਉਂਦਾ ਸੀ ਅਤੇ ਅੱਜ ਕਿੰਨਾ ਕੁ ਸਟਾਕ ਆਇਆ? ਕਿਸ ਤਰੀਕੇ ਨਾਲ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਟਰਾਂਸਪੋਰਟੇਸ਼ਨ ਰੁਕ ਗਈ ਆ, ਕੱਲ੍ਹ ਨੂੰ ਕਿੰਨਾ ਕੁ ਫਰਕ ਪੈ ਸਕਦਾ ਅਗਰ ਅੱਜ 1.5 ਗੁਣਾ ਜਿਹੜਾ ਫਰਕ ਪੈ ਗਿਆ? ਕੱਲ੍ਹ ਨੂੰ ਇਸ ਤੋਂ ਵੀ ਵੱਧ ਤੇਜ਼ੀ ਹੋ ਜੀ, ਜਿਵੇਂ ਗੱਡੀਆਂ ਬੰਦ ਹੈ, ਜਿਹੜੇ ਮਾਲ ਲੋਕਾਂ ਦਾ ਬੈਲੈਂਸ ਪਏ ਸੀ ਉਹਨਾਂ ਨੇ ਵੇਚੇ ਨੇ, ਰੇਟ ਵਧਾ ਕੇ ਲਾਓ ਜਾਂ ਪਿੱਛੋਂ ਤੇਜ਼ੀ ਸੀ, ਹੁਣ ਕੱਲ੍ਹ ਨੂੰ ਹੋਰ ਇਸ ਤੋਂ ਜ਼ਿਆਦਾ ਤੇਜ਼ੀ ਹੋਊਗੀ। ਤਾਂ ਇੱਕ ਇੱਦਾਂ ਵੀ ਪ੍ਰੋਬਲਮ ਆਊਗੀ ਕਿਉਂਕਿ ਜਿਹੜੀ ਸਬਜ਼ੀ ਆ, ਸਬਜ਼ੀ ਤੁਹਾਡੇ ਕੋਲ ਕੱਚਾ ਭੰਡਾਰ ਕਹਿ ਸਕਦੇ ਹਾਂ ਆਪਾਂ, 2 ਦਿਨਾਂ 'ਚ ਖਰਾਬ ਹੋ ਜਾਂਦੀ ਹੈ ਅਗਰ ਟਰਾਂਸਪੋਰਟੇਸ਼ਨ ਨਹੀਂ ਹੁੰਦੀ, ਤਾਂ ਜਿਹੜੇ ਲੋਕਾਂ ਕੋਲ ਸਟੋਕ ਪਿਆ ਉਹੀ ਰੱਖ ਮਹਿੰਗਾ ਵੇਚਣਗੇ ਉਹ? ਨਹੀਂ, ਸਟੋਕ ਤਾਂ ਹੈ ਹੀ ਨਹੀਂ, ਇਹ ਤਾਂ ਫਰੈਸ਼ ਆਊਗੀ, ਫਰੈਸ਼ ਹੀ ਵਿਕੂਗੀ, ਜਿਵੇਂ ਆ ਰਹੀ ਹੈ ਤਾਂ ਵਿਕ। ਜਿਵੇਂ ਪਿਆਜ਼ ਵਗੈਰਾ ਸਟੋਕ ਹੋ ਜਾਂਦਾ? ਹਾਂ, ਪਿਆਜ਼ ਸਟੋਕ ਹੋ ਜਾਂਦਾ ਜੀ, ਉਹ ਤਾਂ ਫਿਰ ਵਪਾਰੀ ਦਾ ਹੀ, ਉਹ ਪਿੱਛੇ ਤੇਜ਼ੀ ਕਰੀ ਰੱਖੂਗਾ ਜੀ, ਉਹ ਤੇਜ਼ੀ ਆਈ ਜੂਗੀ ਜੀ। ਤਾਂ ਇੱਕਦਮ ਵਧਾਵਾ ਹੋ ਰਿਹਾ ਕਹਿ ਸਕਦੇ ਹੋ, ਪਰ ਕਈ ਚੀਜ਼ਾਂ ਦਾ ਇੱਕ ਹੋਰ ਵੀ ਹੈ ਵੀ ਜਿਵੇਂ ਕਈ ਚੀਜ਼ਾਂ ਪਈਆਂ ਖਰਾਬ ਵੀ ਹੋ ਸਕਦੀਆਂ ਨੇ ਜਾਂ ਕਿਤੇ ਨਾ ਕਿਤੇ ਗਾਹਕਾਂ ਦੇ ਵਿੱਚ ਕਿੰਨੀ ਕੁ ਦਿੱਕਤ ਆ ਰਹੀ ਹੈ, ਕਿਉਂਕਿ ਜਦੋਂ ਲੋਕ ਆਉਂਦੇ ਨੇ ਤੁਹਾਨੂੰ ਪੁੱਛਦੇ ਨੇ ਕੱਲ੍ਹ ਅਸੀਂ ਟਮਾਟਰ 30 ਰੁਪਏ ਲੈ ਕੇ ਗਏ ਸੀ, ਅੱਜ ਤੁਸੀਂ 50 ਰੁਪਏ ਬੋਲ ਰਹੇ ਹੋ? ਅੱਜ ਤਾਂ ਪੁੱਛਣ ਵਾਲੇ ਆ ਰਹੇ ਨੇ, ਲੈ ਤਾਂ ਕੋਈ ਰਿਹਾ ਨਹੀਂ ਜੀ। ਹਾਂਜੀ, ਫਿਰ ਉਹਦੇ ਗਾਹਕ ਘੱਟ ਗਿਆ ਨਾ ਜੀ, ਅੱਜ ਲੋਕਾਂ ਦੇ ਮਨ ਜਿਹੜਾ ਡਰ ਪੈਦਾ ਹੋ ਗਿਆ, ਹਾਂ ਵੀ ਮਹਿੰਗਾ, ਤਾਂ ਕਰਕੇ 1-2 ਦਿਨਾਂ ਤੱਕ ਸੈੱਟ ਹੋ ਗਿਆ ਜੀ, ਜਦੋਂ ਸਾਰੀ ਮੰਡੀ ਤੇਜ਼ ਹੋ ਜੂਗੀ ਜੀ। ਤਾਂ ਬਾਈ ਜੀ, ਤੁਹਾਡਾ ਕੀ ਨਾਮ ਆ? ਪ੍ਰਵੀਨ ਕੁਮਾਰ ਗਰਗ ਜੀ, ਸੰਗਰੂਰ ਤੋਂ। ਗਰਗ ਸਾਹਿਬ, ਕਿਵੇਂ ਦੇਖਦੇ ਹੋ ਮੰਡੀ ਦੇ ਵਿੱਚ ਆਏ ਹੋ, ਸਬਜ਼ੀ ਲੈਣਾ ਹੈ ਤਾਂ ਕਿੰਨਾ ਕੁ ਜ਼ਿਆਦਾ ਰੇਟਾਂ ਦੇ ਵਿੱਚ ਫਰਕ ਪੈ ਗਿਆ? ਕਿੰਨਾ ਕੁ ਮਨਾਂ ਦੇ ਵਿੱਚ ਡਰ ਆ ਕਿ ਹਾਂ ਜਿਵੇਂ ਪੈਟਰੋਲ ਪੰਪਾਂ ਦੇ ਉੱਪਰ ਤੇਲ ਖਤਮ ਹੋ ਗਿਆ ਤਾਂ ਸਬਜ਼ੀਆਂ 'ਚ ਫਰਕ ਪੈ ਰਿਹਾ, ਹਰ ਇੱਕ ਚੀਜ਼ ਦਾ ਫਰਕ ਪੈ ਰਿਹਾ, ਆਮ ਲੋਕਾਂ ਦੀ ਜੇਬ ਦੇ ਉੱਪਰ ਕਿੰਨਾ ਕੁ ਅਸਰ ਲੱਗਦਾ ਪਊਗਾ? ਫਿਰ ਜੀ, ਜੇਬ 'ਤੇ ਅਸਰ ਤਾਂ ਦੇਖੋ, ਹੁਣ ਜਦੋਂ ਟਰਾਂਸਪੋਰਟ ਬੰਦ ਹੋ ਰਹੀ ਹੈ, ਟਰਾਂਸਪੋਰਟ ਬੰਦ ਹੋਣ ਨਾਲ ਜਦੋਂ ਬਾਹਰੋਂ ਚੀਜ਼ਾਂ ਨਹੀਂ ਆਉਣਗੀਆਂ, ਜਿਨ੍ਹਾਂ ਕੋਲ ਹੁਣ ਥੋੜ੍ਹਾ ਬਹੁਤਾ ਸਟੋਕ ਪਿਆ ਗਿਆ, ਮੰਨ ਲਓ ਅੱਜ ਟਮਾਟਰ ਕੱਲ੍ਹ 30 ਰੁਪਏ ਕਿਲੋ ਵਿਕਿਆ ਸੀ, ਅੱਜ 40 ਰੁਪਏ ਕਿਲੋ ਵਿਕ ਰਿਹਾ, ਜਦੋਂ ਹੁਣ ਰਾਤ ਨੂੰ ਸ਼ਾਮ ਨੂੰ ਮਾਲ ਆਉਂਦਾ ਹੁੰਦਾ, ਕਹਿੰਦੇ ਟਰਾਂਸਪੋਰਟਾਂ ਦੇ ਮਾਲ ਆਉਣਾ ਸ਼ਾਮ ਨੂੰ, ਕਹਿੰਦੇ ਜਦੋਂ ਟਰਾਂਸਪੋਰਟਾਂ ਹੀ ਨਹੀਂ ਚੱਲਣਗੀਆਂ ਫਿਰ ਮਾਲ ਵੀ ਕਿੱਥੋਂ ਆਏਗਾ? ਸੋ ਜਿਹੜਾ ਲਸਣ ਪਹਿਲਾਂ 80 ਰੁਪਏ ਕਿਲੋ ਵਿਕਦਾ ਸੀ, ਅੱਜ 80 ਰੁਪਏ ਪਾਈਆ ਹੋ ਗਿਆ। ਜਿਹੜਾ ਟਮਾਟਰ ਆ, ਟਮਾਟਰ 10-15 ਰੁਪਏ ਕਿਲੋ, ਅੱਜ ਕੱਲ੍ਹ ਤੇ ਨਾਲੋਂ ਅੱਜ 15 ਰੁਪਏ ਕਿਲੋ ਫਰਕ ਪੈ ਗਿਆ। ਹਰੇਕ ਚੀਜ਼ ਦਾ, ਪਿਆਜ਼ ਆ, ਲਸਣ ਆ, ਟਮਾਟਰ ਆ, ਆਦਾ ਦੇਖ ਲਓ ਤੁਸੀਂ, ਜਿਹੜਾ ਇਹ ਆਦਾ ਕੇ ਕਹਿੰਦੇ ਨੇ, ਮਤਲਬ ਇਸ ਟਾਈਮ 70-80 ਰੁਪਏ ਕਿਲੋ ਹੁੰਦਾ ਸੀਗਾ, ਅੱਜ 40 ਰੁਪਏ ਪਾਈਆ ਵਿਕ ਰਿਹਾ ਇਹ ਆਦਾ, ਮਤਲਬ ਚੌਗਣੇ ਰੇਟ ਦਾ ਹੁਣ ਇਸ ਟਾਈਮ ਹੋਏ ਨੇ। ਕਹਿੰਦੇ ਚਾਹੇ ਪਿੱਛੋਂ ਫਸਲ ਨਹੀਂ ਹੈਗੀ, ਚਾਹੇ ਮਤਲਬ ਕਹਿੰਦੇ ਟਰਾਂਸਪੋਰਟਾਂ ਕਰਕੇ ਲਾ ਲਓ, ਪਰ ਜਦੋਂ ਟਰਾਂਸਪੋਰਟੇਸ਼ਨ ਇਸੇ ਤਰੀਕੇ ਨਾਲ ਹੜਤਾਲ ਦੇ ਉੱਪਰ ਚੱਲ ਰਹੀ ਆ ਹੁਣ ਤੱਕ ਮੌਜੂਦਾ, ਤਾਂ ਉਸ ਤਰੀਕੇ ਨਾਲ ਆਉਣ ਵਾਲਾ ਸਮਾਂ ਕਿਵੇਂ ਦੇਖਦੇ ਹੋ? ਕਿਉਂਕਿ ਹੁਣ ਤਾਂ ਇਸ ਵਕਤ ਮੰਡੀਆਂ 'ਚ ਸਬਜ਼ੀਆਂ ਹੈਗੀਆਂ ਨੇ, ਰੇਟ ਵਧੇ ਨੇ, ਜਦੋਂ ਸਬਜ਼ੀਆਂ ਵੀ ਖਤਮ ਹੋਣ ਲੱਗ ਜਾਣਗੀਆਂ ਕਿਉਂਕਿ ਪਿੱਛੋਂ ਆਊਗੀ ਨੀ? ਵੀਰ ਜੀ, ਕਹਿੰਦੇ ਫਿਰ ਤਾਂ ਹਾਹਾਕਾਰ ਮਚੇਗੀ, ਕਹਿੰਦੇ ਜਿਹਦੇ ਕੋਲ ਪਈ ਆ
ਉਹ ਵੇਚ ਬੈਠੇਗਾ, ਔਰ ਜਿਹਦੇ ਕੋਲ ਹੁਣ ਜਿਹਦੇ ਕੋਲ ਕੁਛ ਹੈ ਹੀ ਨਹੀਂ ਬਾਜ਼ਾਰ 'ਚ ਨਹੀਂ ਕੁਛ ਹੈਗਾ, ਤਾਂ ਹਾਹਾਕਾਰ ਮੱਚਣੀਆਂ ਜਿਹੜੀ 10 ਰੁਪਏ ਕਿਲੋ ਵਾਲੀ ਚੀਜ਼ ਆ ਉਹ 40 ਰੁਪਏ ਕਿਲੋ ਹੋ ਜਾਣੀ, 40 ਰੁਪਏ ਕਿਲੋ ਵਾਲੀ ਸਿੱਧੀ ਡਬਲ ਹੋ ਜਾਣੀਆਂ ਜੀ। ਹੋਰ ਵੀ ਚੀਜ਼ ਦੇਖਦੇ ਹੋ, ਜਿਵੇਂ ਇਸ ਵਕਤ ਪੈਟਰੋਲ ਪੰਪਾਂ 'ਤੇ ਲੋਕ ਟੈਂਕੀਆਂ ਸਿੱਧੀਆਂ ਫੁੱਲ ਕਰਾਉਣ ਲੱਗੇ ਵੀ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਮਿਲੂ ਪਤਾ ਨਹੀਂ ਨਹੀਂ, ਤਾਂ ਲੱਗਦੇ ਹੋ ਤੁਹਾਡੇ ਵੀ ਮਨ 'ਚ ਹੈ ਵੀ ਅੱਜ ਇਕੱਠੀ ਸਬਜ਼ੀ ਲੈ ਜੀ ਘਰੋਂ? ਵੀਰ ਜੀ ਲੱਗਦੀ ਤਾਂ ਹੈਗੀ ਵੀ ਲੈ ਕੇ ਜਾਣੀ ਪਊਗੀ ਜੀ, ਹੁਣ 5-6 ਦਿਨ ਦੀ ਕਹਿੰਦੇ ਦੱਸਦੇ ਨੇ ਵੀ ਹੜਤਾਲ ਹੋ ਰਹੀ ਹੈ, 5-6 ਦਿਨਾਂ 'ਚ ਤਾਂ ਹਾਹਾਕਾਰ ਮੱਚ ਜਾਏਗੀ। ਨਾ ਤਾਂ ਦੇਖੋ ਟਮਾਟਰ ਵੀ ਬਿਨਾਂ ਸਰਦਾ, ਨਾ ਪਿਆਜ਼ ਬਿਨਾਂ ਸਰਦਾ, ਨਾ ਅੱਧੇ ਬਿਨਾਂ ਸਰਦਾ, ਸਬਜ਼ੀ ਬਿਨਾਂ ਤਾਂ ਸਰਦਾ ਹੀ ਨਹੀਂ ਜੀ ਕਹਿੰਦੇ ਨੇ। ਜੇ ਸਬਜ਼ੀ ਬਿਨਾਂ ਸਰੂਗਾ ਹੀ ਤਾਂ ਫਿਰ ਕਹਿੰਦੇ ਮਜਬੂਰੀ ਤਾਂ ਹੈਗੀ ਆ, ਹੁਣ ਪਿਆਜ਼ ਦੇਖੋ 100 ਰੁਪਏ ਕਿਲੋ ਵੀ ਖਾਇਆ, ਹੋਰ ਵੀ ਕਹਿੰਦੇ ਨੇ ਹੁਣ ਟਮਾਟਰ ਵੀ 150-150 ਰੁਪਏ ਕਿਲੋ ਤੋਂ ਲੋਕਾਂ ਨੇ ਲਏ, 150 ਰੁਪਏ ਕਿਲੋ ਤੱਕ ਵੀ ਟਮਾਟਰ ਖਾਏ ਹੋਏ ਨੇ ਜੀ ਕਹਿੰਦੇ ਨੇ। ਜਦੋਂ ਹੁਣ ਮਜਬੂਰੀ ਆ, ਜਿੱਥੇ ਕਿਲੋ ਲੈਂਦੇ ਵੀ ਉੱਥੇ ਪਾਈਆਂ ਨਾਲ 100 ਗ੍ਰਾਮ ਨਾਲ ਕੰਮ ਸਾਰਨਾ ਪਿਆ ਜੀ। ਪਰ ਮੈਨੂੰ ਇਹ ਨਾ ਲੱਗਦਾ ਵੀ ਜੇ 6 ਦਿਨ ਟਰਾਂਸਪੋਰਟ ਬੰਦ ਰਹਿੰਦੀ ਆ ਤਾਂ ਹਾਹਾਕਾਰ ਮੱਚਣੀਆਂ ਅੱਜ ਨਹੀਂ ਕੱਲ ਨੂੰ, ਅੱਜ ਕੁਛ ਆ ਕੱਲ ਨੂੰ ਕੁਛ ਹੋਣੀ ਆ, ਪਰਸੋਂ ਦਾ ਹਾਹਾਕਾਰ ਮੱਚਣੀਆਂ। ਬਿਲਕੁਲ ਇੱਕਦਮ 1.5 ਗੁਣਾ ਦੇ ਲਗਭਗ ਰੇਟਾਂ ਦੇ ਵਿੱਚ ਅੱਜ ਉਛਾਲ ਆ ਗਿਆ। ਪਰ ਜਿਵੇਂ ਦੱਸ ਰਹੇ ਨੇ ਕਿ ਅਗਰ ਸਬਜ਼ੀ ਨਹੀਂ ਪਹੁੰਚਦੀ ਮੰਡੀਆਂ ਦੇ ਵਿੱਚ ਤਾਂ ਕੱਲ੍ਹ ਤੱਕ ਜਾ ਕੇ ਅਗਰ ਸਬਜ਼ੀਆਂ ਖਤਮ ਹੋ ਜਾਂਦੀਆਂ ਨੇ ਜਾਂ ਨਹੀਂ ਪੂਰੀਆਂ ਪੈਂਦੀਆਂ ਤਾਂ ਕਿਤੇ ਨਾ ਕਿਤੇ ਵੱਡਾ ਜਿਹੜਾ ਉਛਾਲ ਆ ਉਹ ਵੀ ਆਉਂਦਾ ਨਜ਼ਰ ਆਊਗਾ। ਮਾਤਾ ਜੀ ਕੀ ਲੈ ਕੇ ਆ ਰਹੇ ਹੋ ਤੁਸੀਂ, ਸਬਜ਼ੀ ਕਿੰਨੀ ਲੈ ਕੇ ਆਏ ਹੋ? ਮੈਂ ਤਾਂ ਜੀ 2 ਕਿਲੋ ਆਲੂ ਲਿਆਈ ਹੂੰ। ਰੇਟਾਂ 'ਚ ਫਰਕ ਪੈ ਰਿਹਾ, ਟਰੱਕਾਂ ਦੇ ਰਾਹੀਂ ਜਿਹੜੀਆਂ ਸਬਜ਼ੀਆਂ ਆਉਂਦੀਆਂ ਸੀ ਆਉਣੋਂ ਬੰਦ ਹੋ ਗਈਆਂ, ਟਰੱਕਾਂ ਦੀ ਹੜਤਾਲ ਆ, ਰੇਟ ਵੱਧ ਰਹੇ ਨੇ, ਆਉਣ ਵਾਲੇ ਸਮੇਂ 'ਚ ਦੁੱਗਣੇ ਤਿੱਗਣੇ ਰੇਟ ਹੋ ਸਕਦੇ ਨੇ, ਕੀ ਕਹਿਣਾ ਚਾਹੁੰਦੇ ਹੋ? ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਜਦੋਂ ਰੇਟ ਹੁਣ ਇਸ ਵਕਤ ਕਿੰਨੀ ਕਿੰਨੀ ਲੈ ਕੇ ਆਏ ਤੁਸੀਂ ਸਬਜ਼ੀ? ਹੁਣ 2 ਕਿਲੋ ਆਲੂ ਆ ਜੀ, 1/2 ਕਿਲੋ ਮਟਰ ਹੈ, 1/2 ਕਿਲੋ ਟਮਾਟਰ, 10 ਕ ਅਦਰਕ, 10 ਘਿਓ।